ਤਾੜੀਆਂ ਤਾੜੀਆਂ ਤੇ ਹੁਣ ਪੁੱਛਦੇ ਆ ਜੀ ਆਪਦੇ ਜੱਜਸ ਨੂੰ ਸਚਿਨ ਸਰ ਕਿਵੇਂ ਦੀ ਲੱਗੀ ਵੰਸ਼ਿਕਾ ਦੀ ਪਰਫਾਰਮੈਂਸ ਵੰਸ਼ਿਕਾ ਪਰਫਾਰਮਰ ਬਹੁਤ ਅੱਛੀ ਹੈ ਥੈਂਕ ਯੂ ਸਰ ਔਰ ਅੱਜ ਕੱਲ ਦਾ ਜੋ ਟ੍ਰੈਂਡ ਹੈ ਔਰ ਜੋ ਮਾਹੌਲ ਹੈ ਔਰ ਜੋ ਇਹ ਬੱਚੇ ਤਾਂ ਹੁਣ ਮੇਰੇ ਖਿਆਲ ਰੀਲਾਂ ਰੂਲਾਂ ਬਣਾਉਂਦੇ ਹੋਣੇ ਆ ਹੈ ਨਾ ਮੈਨੂੰ ਪਤਾ ਲੱਗ ਗਿਆ ਸੀ ਕਹਿੰਦੀਆਂ ਹਾਂਜੀ ਪੜ੍ਹਾਈ ਲਿਖਾਈ ਵੀ ਕਰ ਲਿਆ ਕਰੋ ਕਰਦੇ ਹੋ ਵੀ ਕਰਦੇ ਆ ਕਿਹੜੀ ਕਲਾਸ ਚ ਤੂੰ 9th 8th ਚ ਕਿੰਨੇ ਮਾਰਕਸ ਆਏ ਸੀ ਠੀਕ ਆ ਗਏ ਸਿੰਗਰਾਂ ਦੇ ਆਂਦੇ ਹੀ ਪੜ੍ਹਾਈ ਵੱਲ ਧਿਆਨ ਦੇ ਦੋ ਠੀਕ ਹੈ ਗਾਣਾ ਆਪਣੀ ਜਗ੍ਹਾ ਤੇ ਪੜ੍ਹਾਈ ਆਪਣੀ ਜਗ੍ਹਾ ਹੈ ਠੀਕ ਹੈ ਤੇ ਰੀਲਾਂ ਥੋੜੀ ਘੱਟ ਬਣਾਇਆ ਕਰੋ ਨਹੀਂ ਘੱਟ ਹੀ ਬਣਾਉਣੀ ਹੈ ਪਰਫਾਰਮਰ ਬਹੁਤ ਅੱਛੀ ਹੈ ਸਿੰਗਰ ਵੀ ਅੱਛੀ ਹੈ ਮਿਹਨਤ ਕਰੋ ਆਰਟਿਸਟ ਬਣੋ ਜੇ ਅੱਛੇ ਆਰਟਿਸਟ ਬਣ ਕੇ ਸਟਾਰ ਤੁਹਾਨੂੰ ਰੱਬ ਨੇ ਬਣਾ ਹੀ ਦੇਣਾ ਠੀਕ ਹੈ ਆਲ ਦਾ ਬੈਸਟ ਸ਼ੁਕਰ ਆ ਤੁਸੀਂ ਟਾਈਮ ਸਿਰ ਹੀ ਗੱਲ ਖਤਮ ਕਰਤੀ ਜਿਵੇਂ ਇਹ ਗੱਲ ਕਰ ਰਹੇ ਨੇ ਰਿਸ਼ਤੇਦਾਰੀ ਕੱਢ ਲੈਣੀ ਸੀ ਇੱਥੇ ਥੈਂਕ ਯੂ ਸੋ ਮਚ ਜੀ ਨਿੱਕੂ ਭਾਜੀ ਤੂੰ ਪੁੱਤ ਗਾਇਆ ਬਹੁਤ ਅੱਛਾ ਪਰ ਹਲੇ ਜਿਹੜੀ ਸੁਰਾਂ ਦਾ ਚੱਕਰ ਹੈ ਉਹ ਤਾਂ ਬਹੁਤ ਵੱਡਾ ਚੱਕਰ ਹਲੇ ਤੇਰਾ ਬਹੁਤ ਮਿਹਨਤ ਲੋੜ ਹੈ ਵਿਵੇਕ ਸਰ ਨੂੰ ਕਿਹੋ ਮੇਰੀ ਮਿਹਨਤ ਹੋਰ ਕਰਵਾਓ ਬੈਸਟ ਆਫ ਲੱਕ ਥੈਂਕ ਯੂ ਸੋ ਮਚ ਨਿੱਕੂ ਭਾਜੀ ਮੰਨਤ ਜੀ ਕੀ ਕਹਿਣਾ ਚਾਹੋਗੇ ਕੌਨਫੀਡੈਂਸ ਇੱਦਾਂ ਹੀ ਰੱਖਿਓ ਬਸ ਥੋੜ੍ਹਾ ਜਿਹਾ ਰਿਆਜ਼ ਕਰੋਗੇ ਵਧੀਆ ਤਾਂ ਉਹ ਹੋਰ ਜ਼ਿਆਦਾ ਉਹ ਸੋਨੇ 'ਤੇ ਸੁਹਾਗਾ ਕਹਿੰਦੇ ਆ ਉਹਨੂੰ ਉਹ ਹੋ ਜਾਏਗਾ ਹੈ ਨਾ ਉਹ ਜ਼ਿਆਦਾ ਮਿਹਨਤ ਕਰਿਓ ਥੈਂਕ ਯੂ ਮੈਮ ਵੰਸ਼ਿਕਾ ਬੇਟੇ ਅੱਜ ਮੈਨੂੰ ਤੁਹਾਡੇ ਗਾਣੇ 'ਚੋਂ ਨਾ ਓਵਰ ਕੌਨਫੀਡੈਂਸ ਲੱਗਿਆ ਅੱਗੇ ਨੂੰ ਕਦੇ ਓਵਰ ਕੌਨਫੀਡੈਂਸ ਨਹੀਂ ਰੱਬ ਦਾ ਨਾਂ ਲੈ ਕੇ ਮਜ਼ਾ ਲੈ ਕੇ ਗਾਣਾ ਗਾਓ ਕਿਸੇ ਵੀ ਜਗ੍ਹਾ 'ਤੇ ਗਾਣਾ ਇੱਦਾਂ ਨਹੀਂ ਲੱਗਾ ਮੈਨੂੰ ਆ ਕੇ ਕਿ ਗਾਣੇ ਦਾ ਜਿਹੜਾ ਰੂਪ ਆ ਉਹਨੂੰ ਅਸੀਂ ਕਿਤੇ ਵੀ ਜਗ੍ਹਾ 'ਤੇ ਫੜਿਆ ਹੋਵੇ ਧਿਆਨ ਰੱਖੋ ਤੁਸੀਂ ਬੱਚੇ ਠੀਕ ਹੈ ਬੇਟਾ ਗੋਡ ਬਲੈਸ ਯੂ ਥੈਂਕ ਯੂ ਸੋ ਮਚ ਜੱਜਸ ਥੈਂਕ ਯੂ ਵੰਸ਼ਿਕਾ